सत श्री अकाल जी। सोनू कराने हैं बाल अवस्था दे बाबा जी दे दर्शन ख्याला कला जिला तहसील मानसा। बाबा सत श्री अकाल। हां ते ना की है थोड़ा? ना दस दे सारे। आज भी आई हूं। हां केड़ा पिंड है थोड़ा? आही है। ते उम्र कितनी होगी थोड़ी? 12 साल है। 12 साल। की काम करदे फिर? बकरियां चालदे। चल होर ते होर आ थोड़े सारे दोस्त है फिर इत्थे खेडना है दोस्तों दे नाल? हां जी हां जी। अच्छा ते होर बाबा जी खान पीन दा शौक की है थोड़ा? मन पसंद खाना की है थोड़ा? ना ता भी फल कोई होर ना? देखो जटा बाबे दे जमंदरू जटा ने। देखो जी बच्चे सारे दर्शन करनगे। हां आ देखो भाई केड़ा है? ते होर मम्मी डैडी थोड़े ठीक रहिंदे? वधिया वधिया। ते फिर पढ़ाई दा भी शौक है? नाल नाल पढ़दे नहीं हैगे? सेवा करदे हो बस? हां जी। अच्छा ते होर आ दोस्त आ दोस्त दा नाम की है तुहाडा? नाम ते तेरा नाम की पुत्त? अभिजीत। अभिजीत केड़ी क्लास च पढ़दा तू? सेमी च। तेरा नाम की पुत्त? केड़ी क्लास च पढ़दा तू? पांजी। तेरा नाम की पुत्त? अच्छा तुहाडा भाई? हां जोत। तेरा नाम की पुत्त? की गुलाब। गुलाब सिंह। तू केड़ी क्लास पढ़दा है? ते तू केड़ी क्लास पढ़दा है? सातवीं च। तू केड़ी क्लास पढ़दा पुत्त? भाई आठवीं च जी। ओ वेरी गुड है कर छोटा जट अठवीं पढ़दा। मम्मी डैडी की करदे है? ओदा ही काम करदे है जी। की काम करदे है? मेरी मम्मी नाल मजदूरी है जी। अच्छा पापा मिस्त्री है। अच्छा किथे किथे की दे धर्म मजदूरी? खेत च किसी दे? अच्छा अच्छा अज दा करे है? अज करे है। ਮਰਦ ਤੋਂ ਕੀ ਦੇ ਹੋ ਗਈ ਸੀਗੀ? ਸਾਡੇ ਘਰਾਂ ਤੋਂ ਸਾਡੇ ਘਰਾਂ ਦੇ। ਤੇ ਫਿਰ ਬਾਬਾ ਜੀ ਪੜਨ ਕਿਉਂ ਨਹੀਂ ਜਾਣ ਲੱਗੇ ਤੁਸੀਂ ਫਿਰ? ਕੋਈ ਨਹੀਂ ਯਾਰ ਕੱਚ ਵੀ ਮੈਂ ਜੀ ਨਹੀਂ ਕਰਦਾ। ਅੱਛਾ ਫਿਰ ਕੀ ਪਾਠ ਪੂਜਾ ਕਾਦੀ ਕਰਦੇ ਹੋ? ਕੀ ਕਰਦੇ ਤੁਸੀਂ ਫਿਰ? ਹਜੇ ਤਾਂ ਮੈਂ ਕੁਛ ਨਹੀਂ ਕਰਦੀ। ਅੱਛਾ ਕੁਛ ਨਹੀਂ ਕਰਦੇ ਹਲੇ ਬੱਚੇ ਹਲੇ ਬਚਪਨ ਆ ਨਾ। ਤੇ ਹੋਰ ਕੋਈ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਬੱਚਿਆਂ ਨੂੰ ਕੁਛ ਨਹੀਂ ਕਹਿੰਦੇ ਜੀ, ਸਾਡੇ ਯਾਰ ਦੋਸਤ ਨੇ। ਅੱਛਾ ਖੇਡੀਆਂ ਬੱਕਰੀਆਂ? ਹਾਂ ਸਾਰੇ ਬੱਚੇ ਤੇਰੇ ਬਹੁਤ ਪਿਆਰ ਕਰਦੇ ਹੈ ਨਾ। ਘਰ ਕਿੱਥੇ ਸੋ? ਘਰੇ ਆਉਂਗੀ ਫਿਰ? ਕਿੱਥੇ ਜਾ ਕੇ? ਟੁੱਟੀ ਸੜਕ ਆਊਗੀ ਇੱਥੇ? ਡੈਡੀ ਦਾ ਨਾਂ ਦੱਸ। ਭਾਪੇ ਦਾ ਨਾਂ ਕੀ ਹੈ? ਮੇਰਾ ਡੈਡੀ ਦਾ ਨਾਂ ਗੁਰਪ੍ਰੀਤ। ਗੁਰਪ੍ਰੀਤ ਸਿੰਘ। ਤੇ ਮੰਮਾ ਦਾ ਨਾਂ ਕੀ ਹੈ ਪੁੱਤ? ਜਸਵੀਰ ਕੌਰ ਜੀ। ਜਸਵੀਰ ਕੌਰ। ਮੰਮਾ ਕੀ ਕਰਦੀ ਹੈਗੀ? ਉਹੀ ਘਰੇ ਰਹਿੰਦੀ ਆ। ਕਿੰਨੇ ਭੈਣ ਭਰਾ ਤੁਸੀਂ? ਤਿੰਨ। ਅੱਛਾ ਦੂਜੇ ਕੀ ਕੰਮ ਕਰਦੇ ਫਿਰ? ਦੂਜੇ ਜੀ ਪੜ੍ਹਦੇ ਨੇ। ਪੜ੍ਹਦੇ ਹੈਗੇ? ਉਹ ਕਿਹੜੇ ਕਿਹੜੀ ਕਿਹੜੀ ਕਲਾਸ 'ਚ ਹੋ ਗਏ? ਉਹ ਜੀ ਇੱਕ ਤਾਂ ਜੀ ਅੱਠਵੀਂ 'ਚ। ਅੱਛਾ ਕੱਢ ਕੇ ਸੁਣੇ ਗਾਣੇ ਆਪਣੇ ਸਾਰੇ ਹੈ ਨਾ। ਅਸੀਂ ਕੈਨੇਡਾ ਗਏ ਸੀ, ਹੁਣੀ ਆਇਆ ਸੀ ਕੈਨੇਡਾ ਤੋਂ। ਹਾਂ ਤੇ ਹੋਰ ਠੀਕ ਹੈ ਵਧੀਆ। ਚੱਲ ਬਾਬਾ ਸਤਿ ਸ਼੍ਰੀ ਅਕਾਲ। ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ। ਸਤਿ ਸ਼੍ਰੀ ਅਕਾਲ। ਹਾਂ ਚੱਲ ਬਹੁਤ ਬਹੁਤ ਧੰਨਵਾਦ। ਹਾਂਜੀ ਬਾਲ ਅਵਸਥਾ 'ਚ ਸਾਨੂੰ ਬਾਬਾ ਜੀ ਦੇ ਦਰਸ਼ਨ ਕਰਵਾਏ ਹੈ। ਅਤੇ ਬਹੁਤ ਸਾਰੇ ਬਾਬਾ ਜੀ ਦੇ ਤੁਰੇ ਫਿਰਦੇ, ਜਿਵੇਂ ਬਾਲ ਰੂਪ 'ਚ ਕਿਸੇ ਨੂੰ ਬਚਨ ਕਰ ਦਿੰਦੇ ਉਹ ਪੂਰੇ ਹੁੰਦੇ ਆ ਜੀ। ਅਤੇ ਮੈਨੂੰ ਵੀ ਬਾਬਾ ਜੀ ਸੜਕ 'ਤੇ ਕਈ ਵਾਰੀ ਮਿਲੇ। ਅੱਜ ਮੈਂ ਸੋਚਿਆ ਵੀ ਵੀਡੀਓ ਬਣਾ ਕੇ ਦਰਸ਼ਕਾਂ ਦੇ ਰੂਬਰੂ ਕਰੀਏ, ਹੋਰ ਵੀ ਕੋਈ ਦਰਸ਼ਨ ਕਰ ਸਕੇ। ਕਿਉਂਕਿ ਧਰਮਾਂ ਨੂੰ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਸਾਧ ਬਣਦੇ ਹੈ ਨਾ, ਧੰਨ ਧੰਨ ਨੇ ਉਹ ਜਗਤ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸਾਧ ਬਣਦੇ। ਮਾਵਾਂ ਧੰਨ ਹੁੰਦੀਆਂ ਪਰ ਮਾਵਾਂ ਦਾ ਜਿਹੜਾ ਜਿਗਰਾ ਹੁੰਦਾ ਉਹ ਬਹੁਤ ਕਰੜਾ ਕਰਨਾ ਪੈਂਦਾ। ਕੋਈ ਮਾਂ ਨਹੀਂ ਕਹਿੰਦੀ ਮੇਰਾ ਪੁੱਤ ਸਾਧ ਬਣੇ। ਮਾਂ ਨੂੰ ਆਪਣੇ ਪੁੱਤ ਦਾ ਸਿਰਫ ਵਿਆਹ ਦਾ ਹੀ ਚਾਅ ਹੁੰਦਾ। ਜਦੋਂ ਪੁੱਤ ਸਾਧ ਬਣ ਜੇ ਜਾਂ ਭਗਤ ਬਣ ਜੇ, ਫਕੀਰ ਬਣ ਜੇ, ਤਾਂ ਮਾਂ ਨੂੰ ਐਂ ਡਰ ਪੈ ਜਾਂਦਾ, ਟੈਨਸ਼ਨ ਹੋ ਜਾਂਦੀ ਹੈ ਵੀ ਮੇਰੇ ਪੁੱਤ ਦਾ ਕਿਸੇ ਨੇ ਰਿਸ਼ਤਾ ਨਹੀਂ ਕਰਨਾ, ਮੇਰੇ ਪੁੱਤ ਨੂੰ ਕਿਸੇ ਨੇ ਵਿਸਾਖ ਨਹੀਂ ਕਰਨਾ। ਸੋ ਤੁਸੀਂ ਸਾਰੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ, ਕਿਉਂਕਿ ਹੋਰ ਵੀ ਸਾਰੀ ਸੰਗਤ ਜਿਹੜੇ ਬਾਲ ਅਵਸਥਾ 'ਚ ਬਾਬਾ ਜੀ ਹੈ ਉਹਨਾਂ ਦੇ ਸਾਰੀ ਸੰਗਤ ਦਰਸ਼ਨ ਕਰ ਸਕੇ। ਸੋ ਮੈਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।
ਤੁਸੀਂ ਮੇਰੀਆਂ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਬਹੁਤ ਤੁਸੀਂ ਲਾਈਕ ਕਰਦੇ ਹੋ, ਬਹੁਤ ਸੋਹਣੇ ਸੋਹਣੇ ਕਮੈਂਟ ਭੇਜਦੇ ਹੋ, ਕਿਉਂਕਿ ਸਪੈਸ਼ਲ ਮੈਂ ਦਿਲਕਸ ਵੀਡੀਓ ਬਣਾਉਣੀ ਆ, ਮੈਂ ਗੰਦ ਪਿੱਲ ਜਿਹਾ ਬਣਾ ਕੇ ਨਹੀਂ ਪਾਉਂਦੀ ਸਿਰਫ, ਨਾ ਹੀ ਮੈਨੂੰ ਕੋਈ ਲਾਈਕ ਕਮੈਂਟਾਂ ਦਾ। ਮੈਂ ਚਾਹੁੰਦੀ ਹਾਂ ਵੀ ਜੇ ਵੀਡੀਓ ਜੇ ਕਿਸੇ ਨੂੰ ਕੋਈ ਹੋਰ ਵੀ ਦਰਸ਼ਨ ਕਰ ਸਕੇ, ਹੋਰ ਕਿਸੇ ਨੂੰ ਵਧੀਆ ਪਤਾ ਲੱਗੇ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।